ਪ੍ਰੇਜ਼ ਦ ਲਾਰਡ ਸਾਰਿਆਂ ਨੂੰ ਪ੍ਰੇਜ਼ ਦ ਲਾਰਡ ਮੇਰੀ ਗਵਾਈ ਦਾ ਟਾਈਟਲ ਹੈਗਾ ਵਾ ਫਰਸ਼ ਤੋਂ ਅਰਸ਼ ਦਾ 28 ਮਾਰਚ ਨੂੰ ਮੈਨੂੰ ਡੈਪੂਟੇਸ਼ਨ ਦੇ ਆਰਡਰ ਹੋਏ ਸੀ ਅਤੇ ਉਸ ਤੋਂ ਬਾਅਦ ਮੈਂ 2-3 ਵਾਰੀ ਉੱਥੇ ਜਾ ਆਇਆ ਅਤੇ ਉਹ ਸਟਿੱਲ ਮਤਲਬ ਉੱਥੇ ਹੀ ਸੀਗਾ ਇਸ ਥਰਸਡੇ 7 ਫਰਵਰੀ ਨੂੰ ਜਦੋਂ ਮੈਂ ਗਿਆ ਅਤੇ ਆਲਮੋਸਟ ਉਹਨਾਂ ਮੈਨੂੰ ਕਿਹਾ ਸੀ ਕਿ ਤੂੰ ਆਪਣਾ ਸਮਾਨ ਵੀ ਪੈਕ ਕਰਕੇ ਇੱਥੇ ਰੈਡੀ ਰਹਿਣਾ ਬੈਠ ਗਿਆ ਅਤੇ ਜਦੋਂ ਮੈਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰਿਆਂ ਨੇ ਮੇਰੇ ਵਾਸਤੇ ਸਾਰੇ ਚਰਚ ਨੇ ਮੇਰੇ ਵਾਸਤੇ ਪ੍ਰੇਅਰ ਕੀਤੀ ਅਤੇ ਉੱਥੇ ਜਾਣ ਤੋਂ ਪਹਿਲਾਂ ਜਦੋਂ ਮੈਂ ਲਾਸਟ ਇੱਕ ਰਾਤ ਪਹਿਲਾਂ ਪਾਸਟਰ ਜੀ ਕੋਲ ਮੈਂ ਪ੍ਰੇਅਰ ਕਰਵਾਈ ਪਾਸਟਰ ਜੀ ਨੇ ਮੈਨੂੰ ਕਿਹਾ ਵੀ ਜਿਹੜਾ ਵੀ ਉੱਥੇ ਅਫਸਰ ਹੋਊਗਾ ਉਹਦਾ ਮੂੰਹ ਬਦਲ ਜੂਗਾ ਮਤਲਬ ਉਹਦੇ ਮੂੰਹ 'ਚੋਂ ਨਿਕਲਣ ਵਾਲੇ ਜਿਹੜੇ ਸ਼ਬਦ ਆ ਉਹ ਡਿਫਰੈਂਟ ਹੋਣਗੇ ਜਦੋਂ ਕਿ ਪ੍ਰਭੂ ਦੀ ਇੰਨੀ ਕਿਰਪਾ ਹੋਈ ਕਿ ਉਹਨੇ ਉਹਦਾ ਮੂੰਹ ਬਦਲ ਦੀ ਬਜਾਏ ਪੂਰਾ ਦਾ ਪੂਰਾ ਹੀ ਬਦਲ ਦਿੱਤਾ ਉਹਨੂੰ ਯਾਨੀ ਕਿ ਪਹਿਲਾਂ ਕੋਈ ਹੋਰ ਅਫਸਰ ਸੀ ਅਤੇ ਉਸ ਤੋਂ ਬਾਅਦ ਕੋਈ ਹੋਰ ਅਫਸਰ ਆਇਆ ਅਤੇ ਉਹਨੇ ਹੁਣ 1 ਸਾਲ ਦਾ ਮੈਨੂੰ ਟਾਈਮ ਦਿੱਤਾ ਲੇਕਿਨ ਉਹ ਸਾਲ ਜਿਹੜਾ ਮੈਨੂੰ ਟਾਈਮ ਦਿੱਤਾ ਉਹ 1 ਸਾਲ ਦਾ ਟਾਈਮ ਲਈ ਉਹ ਮੇਰੇ ਵਾਸਤੇ ਗ੍ਰੀਨ ਕਾਰਡ ਆ ਮੈਂ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਸਾਰਿਆਂ ਦੇ ਜਿਨ੍ਹਾਂ ਨੇ ਮੇਰੇ ਵਾਸਤੇ ਪ੍ਰੇਅਰ ਕੀਤੀ ਹਾਲੇਲੂਇਆ 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 ਹਾਲੇਲੂਇਆ